एक सवाल अरदास नाल जुड़िया सामने आ रहा, जदों आपां अरदास करदे आ कि अरदास खुद करनी चाहीदी आ जां असी जिस तरीके नाल पहले भी आपां जिक्र कीता कि एक अरदासिया सिंह तों आपां अरदास करवा लैंदे आ कि उहदे उह हाव भाव होणगे जिहड़े साडे आ, साडे मन दे विच की इच्छा है, असी खुद उहनूं अरदास करके सामने गुरु साहिब दे रख सकदे आ। पर जदों असी किसे अरदासिए तों सिंह तों अरदास करवाउंदे आ, कई पैसे दे के वी अरदास करवाउंदे आ, ਉਹ ਲੱਗਦਾ ਕਿ ਉਹ ਅਰਦਾਸ ਮਹਾਰਾਜ ਤੱਕ ਪਹੁੰਚਦੀ ਹੈ ਜਾਂ ਉਹਦੀ ਮਨਸ਼ਾ ਉਹ ਬਣ ਜਾਂਦੀ ਹੈ ਜਿਹੜੀ ਸਾਡੀ ਵੀ ਆ। ਜਦੋਂ ਆਪਾਂ ਕਿਸੇ ਕੋਲੋਂ ਅਰਦਾਸ ਕਰਾਉਂਦੇ ਹਾਂ, ਜੇ ਤੇ ਉਹਦੀ ਅਵਸਥਾ ਅਰਦਾਸ ਕਰਨ ਵਾਲੀ ਹੈ ਫਿਰ ਤੇ ਉਹ ਬਖਸ਼ਿਸ਼ ਅਵਸ਼ ਹੋਏਗੀ। ਜੇ ਉਹਦੀ ਆਪਣੀ ਅਵਸਥਾ ਨਹੀਂ ਬਣੀ ਤੇ ਉਹਦੀ ਅਰਦਾਸ ਨਾਲ ਤਾਂ ਤੁਸੀਂ ਆਪ ਅਰਦਾਸ ਕਰ ਲਓ। ਜ਼ਿਆਦਾ ਤੌਰ ਤੇ ਜਿਹੜੀਆਂ ਅਰਦਾਸਾਂ ਕਿਸੇ ਦੀਆਂ ਕੋਈ ਕਰਦਾ ਵਾ ਉਹ ਫਾਰਮੈਲਿਟੀਆਂ ਕੀਤੀ ਜਾਂਦੀਆਂ, ਕੋਈ ਦਿਲੋਂ ਹੋ ਕੇ ਨਹੀਂ ਅਰਦਾਸ ਕੀਤੀ ਜਾਂਦੀ। ਮੈਂ ਉਸੇ ਜਗ੍ਹਾ 'ਤੇ ਫਿਰ ਲੈ ਕੇ ਆਉਣਾ ਚਾਹੁੰਦਾ ਸੀਗਾ ਕਿ ਜਦੋਂ ਹੁਣ ਕੋਈ ਕਾਰਜ ਇਤਿਹਾਸ ਦਾ ਚੱਲਦਾ ਮਨ ਨੂੰ ਉੱਥੇ ਲੈ ਕੇ ਜਾਓ, ਅਤੇ ਜੇ ਉੱਥੇ ਲੈ ਕੇ ਜਾਓਗੇ ਤਾਂ ਉਹ ਤੁਹਾਨੂੰ ਜ਼ਿਆਦਾ ਬਖਸ਼ਿਸ਼ ਮਿਲੂਗੀ। ਜਿਵੇਂ ਅਰਦਾਸ ਹੁੰਦੀ ਆ, ਅਰਦਾਸ ਦੇ ਵਿੱਚ ਆਪਾਂ ਜਦੋਂ ਅਰਦਾਸੀ ਅਰਥ ਸਿੰਘ ਅਰਦਾਸ ਕਰਦਾ ਪਹਿਲਾਂ ਦਸਾਂ ਪਾਤਸ਼ਾਹਾਂ ਦੇ ਨਾਮ ਲੈ ਜਾਂਦਾ, ਮਨ ਨੂੰ ਤੇਜ਼ੀ ਦੇ ਨਾਲ ਘੁੰਮਾਓ, ਦਸਾਂ ਗੁਰੂ ਸਾਹਿਬਾਂ ਦੇ ਦਰਸ਼ਨ ਕਰੋ ਉਸ ਟਾਈਮ ਦੇ ਮਨ ਦੇ ਨਾਲ, ਫਿਰ ਗੁਰੂ ਗ੍ਰੰਥ ਸਾਹਿਬ ਦੇ ਤੇ ਤਦ ਤੁਸੀਂ ਖੜੇ ਹੀ ਹੋ, ਗੁਰੂ ਸਾਹਿਬ ਦੇ ਸਰੂਪ ਦੇ ਦਰਸ਼ਨ ਕਰੋ, ਪੰਜਾਂ ਪਿਆਰਿਆਂ ਦੇ ਜਦੋਂ ਨਾਲ ਦੇ ਉਹਨਾਂ ਦੇ ਦਰਸ਼ਨ ਕਰੋ ਉਸ ਟਾਈਮ ਤੇ ਤੁਹਾਡੇ ਮਨ 'ਚ ਰੀਲ ਘੁੰਮ ਜਾਣੀ ਚਾਹੀਦੀ ਆ। ਚਾਰ ਸਾਹਿਬਜ਼ਾਦਿਆਂ ਦੀ ਉਹ ਸਿੰਘ ਸ਼ਹੀਦ ਸਿੰਘਣੀਆਂ ਸਿੰਘ ਸਿੰਘਣੀਆਂ ਪਚੰਗੀ ਪਚੰਗਲਿਆਂ ਦਾ ਧਿਆਨ ਧਰੋ ਤਾਂ ਕਿ ਤੁਹਾਡੀ ਅਵਸਥਾ ਉੱਥੇ ਪਹੁੰਚ ਜਾਵੇ। ਜੋ ਹੁਣ ਪੰਜਾਂ ਤਖਤਾਂ ਦਾ ਨਾਮ ਲਿਆ ਜਾਂਦਾ, ਉਦੋਂ ਪੰਜਾਂ ਤਖਤਾਂ ਦੇ ਬੈਠੇ ਬੈਠੇ ਉੱਥੇ ਨਾਲ ਹੀ ਅਰਦਾਸ ਹੋਈ, ਉਦੋਂ ਤੁਹਾਨੂੰ ਦਰਸ਼ਨ ਹੋਣੇ ਚਾਹੀਦੇ। ਜੇ ਸਮਝੇ ਨਾ ਗੱਲ, ਤੇ ਇਹ ਚੀਜ਼ਾਂ ਜਿਹੜੀਆਂ ਇੱਕ ਬੜੀਆ ਬੈਨੀਫਿਟ ਸਮਝ ਲਓ ਵੀ ਉਸ ਟਾਈਮ ਦੇ ਉਹਨਾਂ ਤਖਤਾਂ 'ਤੇ ਪਹੁੰਚ ਗਏ। ਬਾਬਾ ਨਾਨਕ ਸਿੰਘ ਜੀ ਆਪ ਅਰਦਾਸ ਕਰਦੇ ਸੀ ਤਾਂ ਅਰਦਾਸ ਵਿੱਚ ਬੇਨਤੀਆਂ ਜੋਦੜੀਆਂ ਬੜੀਆਂ ਨਿਮਰਤਾ ਨਾਲ ਕਰਦੇ ਸਨ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਉਗਣ ਹੋਗਣ, ਦਇਆ ਕਰੋ ਕਿਸੇ ਮੇਰਾ ਪਾਵੋ ਡੁੱਬਦੇ ਡੁੱਬਦੇ ਪੱਥਰ, ਕੂ ਭਰਿਓ ਜੈਸੇ ਦਾਦਰਾ ਕਿਸ ਦੇ ਸੰਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇ ਮੋਹਿਆ ਕਿਸਾਰਾ ਪਾਵ। ਜਦੋਂ ਇਹ ਬੇਨਤੀਆਂ ਕਰਦੇ ਹਾਂ ਆਪਾਂ, ਉਦੋਂ ਮਨ ਨੂੰ ਉੱਥੇ ਲੈ ਕੇ ਜਾਓ ਕਿੱਡਾ ਵੱਡਾ ਸਮੁੰਦਰ ਆ, ਕਿੰਨਾ ਗਹਿਰਾ ਹੈ, ਜਿੰਨਾ ਉਹ ਨੀਰ ਦਾ ਜਲ ਦਾ ਭਰਿਆ ਹੋਇਆ ਸਮੁੰਦਰ ਆ ਨਾ, ਇਹਦੇ ਨੂੰ ਵੀ ਜ਼ਿਆਦਾ ਪਾਪ ਮੇਰੇ ਵਿੱਚ ਆਪਣੇ ਆਪ ਸਮਝਣਾ, ਸਮਝੇ ਨਾ ਗੱਲ। ਅਤੇ ਜਦੋਂ ਇਹ ਅਵਸਥਾ ਬਣਾਵਾਂਗੇ ਤਾਂ ਫਿਰ ਗੁਰੂ ਆਪਣੇ ਆਪ ਕਿਰਪਾ ਕਰੇ, ਅਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹਰ ਸਿੱਖ ਨੂੰ ਕਿ ਆਪ ਅਰਦਾਸ ਕਰੇ, ਆਪ ਦਿਲੋਂ ਹੋ ਕੇ ਅਰਦਾਸ ਕਰੇ। ਤੇ ਜਦੋਂ ਵੀ ਅਰਦਾਸ ਵਿੱਚ ਕੋਈ ਕਰਦਾ ਸ਼ਾਮਿਲ ਹੁੰਦੇ ਉਦੋਂ ਮਨ ਨੂੰ ਉੱਥੇ ਲੈ ਕੇ ਜਾਓ ਤਾਂ ਕਿ ਸਾਨੂੰ ਗੁਰੂ ਦੀ ਪੂਰਨ ਕਿਰਪਾ ਬਖਸ਼ਿਸ਼ ਸਾਡੇ ਤੇ ਵਿਆਪ ਜਾਵੇ। ਏਡਾ ਵੱਡਾ ਮਹਾਤਮਾ ਅਰਦਾਸ, ਇਹ ਫਾਰਮੈਲਿਟੀ ਨਹੀਂ ਸਮਝਣੀ, ਇਹਨੂੰ ਸਹੀ ਰੂਪਾਂ ਵਿੱਚ ਆਪਾਂ ਜਿਹੜਾ ਇਹਨੂੰ ਮੰਨਣਾ ਅਰਦਾਸ।